ਹਮੀਦ ਸਿੰਧੀ ਦੀ ਕਹਾਣੀ ਪਹਿਰੇਦਾਰ ਨੇ ਸਾਡੇ ਇਲਾਕੇ ਦੇ ਬਾਕੀ ਛੋਟੇ ਵੱਡੇ ਪਿੰਡਾਂ ਵਾਂਗ ਮੇਰੇ ਪਿੰਡ ਦਾ ਇਤਿਹਾਸ ਵੀ ਇੱਕ ਸਧਾਰਨ ਜਿਹਾ ਖਜੂਰ ਦੇ ਦਰਖਤ ਤੋਂ ਬਣਿਆ ਸੀ ਇਹ ਦਰਖਤ ਮੇਰੇ ਪਿੰਡ ਵਿੱਚ ਹੀ ਜੰਮਿਆ ਮਰਿਆ ਤੇ ਹੁਣ ਵੀ ਮੇਰੇ ਚੇਤਿਆਂ 'ਚ ਵਸਿਆ ਹੋਇਆ ਹੈ ਬਹੁਤੀ ਪੁਰਾਣੀ ਗੱਲ ਨਹੀਂ ਜਦੋਂ ਇਹਦੀ ਸਿੱਧੀ ਸਪਾਟ ਮੁੱਢੀ ਤੇ ਤਣਾ ਹਵੇਲੀ ਜੋ ਕਿ ਸਾਡੇ ਕੁੰਬੇ ਦਾ ਨਿਵਾਸ ਸਥਾਨ ਸੀ ਤੋਂ ਉੱਚਾ ਖੜਾ ਹੁੰਦਾ ਸੀ ਵੱਡੀ ਹਵੇਲੀ ਪਿੰਡ ਦੇ ਇੱਕ ਪਾਸੇ ਵੱਡੇ ਸਾਰੇ ਢਿੱਲੇ ਤੇ ਬਣੀ ਸੀ ਹਵੇਲੀ ਚੋਂ ਬਾਹਰ ਨਿਕਲ ਕੇ ਇੱਕ ਛੋਟੀ ਜੀ ਪਧਰਾਈ ਸੀ ਜਿਹੜੀ ਸਹਜੇ ਸਹਜੇ ਇੱਕ ਪਿਹੜੇ ਜੇ ਰਸਤੇ ਤੱਕ ਲੈ ਜਾਂਦੀ ਸੀ ਰਸਤੇ ਦੇ ਪਰਲੇ ਬੰਨੇ ਖਜੂਰ ਦੇ ਰੁੱਖਾਂ ਦਾ ਇੱਕ ਝੁੰਡ ਸੀ ਜਿਹੜਾ ਸਾਡੇ ਕੁੰਬੇ ਦੀ ਜੱਦੀ ਜਾਇਦਾਦ ਸੀ ਰਸਤਾ ਹਵੇਲੀ ਦੇ ਨਾਲ-ਨਾਲ ਜਾਂਦਾ ਸੀ ਤੇ ਖਜੂਰ ਦੇ ਰੁੱਖ ਰਸਤੇ ਦੇ ਨਾਲ-ਨਾਲ ਲੱਗੇ ਹੋਏ ਸਨ ਦੋਵੇਂ ਹਵੇਲੀ ਤੋਂ ਕੁਝ ਦੂਰ ਤੇ ਜਾ ਕੇ ਗਲੀਆਂ ਚ ਮਿਲ ਜਾਂਦੇ ਸਨ ਗਲੀਆਂ ਤੋਂ ਅੱਗੇ ਖੁੱਲਾ ਡੁੱਲਾ ਥਾਂ ਸੀ ਪਧرائی ਦੇ ਸਾਹਮਣੇ ਰਸਤੇ ਤੇ ਇੱਕ ਬਹੁਤ ਵੱਡਾ ਖਜੂਰ ਦਾ ਰੁੱਖ ਖਲੋਤਾ ਸੀ ਜਿਹੜਾ ਕਿ ਰੁੱਖਾਂ ਦੇ ਝੁੰਡ ਨਾਲੋਂ ਅਲੱਗ ਹੀ ਦਿੱਸਦਾ ਸੀ ਹਵੇਲੀ ਤੱਕ ਪਹੁੰਚ ਮਾਰਗ ਨੂੰ ਅਣ ਦੇਖਿਆ ਬਣਾ ਦਿੰਦਾ ਸੀ ਇਹ ਖਜੂਰ ਹਵੇਲੇ ਦੀ ਪਹਿਰੇਦਾਰਨੀ ਸੀ ਇਹ ਮੇਰੇ ਦਾਦੇ ਨੇ ਲਾਈ ਸੀ ਜਦੋਂ ਤਾਇਆ ਅਲੀ ਮੁਹੰਮਦ ਪੋਤੜਿਆਂ ਚ ਸੀ ਤਾਇਆ ਨਬੀ ਬਖਸ਼ ਗੁਲ ਮੁਹੰਮਦ ਤੇ ਪਿਤਾ ਜੀ ਅਜੇ ਜੰਮੇ ਵੀ ਨਹੀਂ ਸਨ ਤੇ ਆਇਆਲੀ ਮੁਹੰਮਦ ਤੇ ਪੈਰੇਦਾਰ ਨਹੀਂ ਇਕੱਠੇ ਹੀ ਵੱਡੇ ਹੋਏ ਤਕੜੇ ਤੇ ਮਿੱਠੇ ਬਣ ਗਏ ਬਹੁਤ ਵਰੀਆਂ ਪਿਛੋਂ ਜਦੋਂ ਦਾਦਾ ਜੀ ਦੁਨੀਆਂ ਤੋਂ ਰੁਕਸਤ ਹੋ ਗਏ ਤੇ ਮੇਰੇ ਚਚੇਰੇ ਭਰਾ ਨਾਜ਼ਨ ਗੁਲਾਨ ਨਸੀਰ ਤੇ ਮੈਂ ਉਸ ਟਲਾਨ ਤੋਂ ਹੇਠਾਂ ਉਤਰ ਸਕਦੇ ਸਾਂ ਤਾਂ ਤਾਇਆਲੀ ਮੁਹੰਮਦ ਸਵੇਰੇ ਸੈਰ ਕਰਨ ਜਾਣ ਵੇਲੇ ਸਾਨੂੰ ਨਾਲ ਲੈ ਜਾਂਦਾ ਸੀ ਵਾਪਸੀ ਤੇ ਉਹ ਹਮੇਸ਼ਾ ਪਹਿਰੇਦਾਰਨੀ ਹੀ ਟੁਰਕਦਾ ਉਹਨੂੰ ਪਿਆਰ ਨਾਲ ਨਿਹਾਰਦਾ ਹੋਇਆ ਉਹਦਾ ਸਵਾਗਤ ਕਰਦਾ ਮੈਂ ਤੇ ਮੇਰੇ ਚਚੇਰੇ ਭਰਾ ਹੈਰਾਨ ਹੋ ਕੇ ਚੜ੍ਹਦੇ ਸੂਰਜ ਦੇ ਉਦਾਲੇ ਬਣੇ ਹੋਏ ਸੁਨਹਿਰੇ ਗੋਲੇ ਨੂੰ ਤੱਕਦੇ ਤਾਏ ਅਲੀ ਮੁਹੰਮਦ ਨੇ ਇਹਦਾ ਨਾਮ ਪਹਿਰੇਦਾਰਨੀ ਰੱਖਿਆ ਸੀ ਕਿਉਂਕਿ ਉਹ ਗੁੱਜੇ ਛਾਪਿਆਂ ਤੋਂ ਹਵੇਲੀ ਦੀ ਰਖਵਾਲੀ ਕਰਦੀ ਸੀ ਇਹ ਚੋਰ ਲੁੱਟੇਰਿਆਂ ਨੂੰ ਡਰਾ ਕੇ ਰੱਖਦੀ ਕਿਉਂਕਿ ਉਹਦਾ ਆਕਾਰ ਤੇ ਸਥਿਤੀ ਐਉਂ ਜੀ ਸੀ ਹਨੇਰੇ 'ਚ ਇਹ ਹੋਰ ਵੀ ਉੱਚੀ ਤੇ ਸਿੱਧੀ ਜਾਪਦੀ ਜਿੰਨੀ ਕਿ ਅਸਲ 'ਚ ਸੀ ਇਦੀਆਂ ਲੰਮੀਆਂ ਤੇ ਮੁੜੀਆਂ ਹੋਈਆਂ ਟਾਣੀਆਂ ਬਾਵਾ ਵਾਂਗ ਜਪਦੀਆਂ ਸਨ ਇੱਕ ਵਾਰ ਉਹਨੇ ਕਿਹਾ ਇਹ ਬੜੀ ਡਰਾਣੀ ਤੱਕਣੀ ਏ ਜਿਹੜੀ ਚੋਰ ਲੁਟੇਰਿਆਂ ਨੂੰ ਭੈ ਭੀਤ ਕਰ ਦਿੰਦੀ ਏ ਸਾਡੇ ਕੁੰਬੇ ਦੇ ਮਰਦੇ ਦੇ ਤੇ ਮਾਣ ਕਰਦੇ ਸਨ ਜਨਾਨੀਆਂ ਹਵੇਲੀ ਦੀ ਪੱਛੋਂ ਵਾਲੀ ਕੰਧ ਕੋਲ ਇਕੱਠੀਆਂ ਹੋ ਕੇ ਇੱਕ ਮਹੀਨੇ ਦੇ ਰੋਜ਼ਿਆਂ ਪਿਛੋਂ ਦਿਸ ਹੱਦੇ ਤੱਕ ਦੇਖਦੀਆਂ ਜਿੱਥੇ ਹੀ ਪਹਿਰੇਦਾਰਨੀ ਦੀ ਚੋਟੀ ਨਾਲ ਆ ਕੇ ਮਿਲਦਾ ਦੇਖਦੀਆਂ ਕਿ ਕਦੋਂ ਇੱਕ ਟਹਿਣੀ ਈਦ ਦੇ ਚੰਦ ਦਾ ਇਸ਼ਾਰਾ ਕਰੇ ਤਾਇਆ ਕਦੇ ਵੀ ਪਹਿਰੇਦਾਰਨੀ ਬਾਰੇ ਗੱਲਾਂ ਕਰਦਾ ਅੱਕਦਾ ਨਾ ਇਹਦੇ ਤਣੇ ਦੀ ਸੁਨਹਿਰੀ ਗੁਲਾਈ ਨੂੰ ਧਿਆਨ ਨਾਲ ਦੇਖਦੇ ਹੋਏ ਉਹ ਮਿੱਠੀ ਆਵਾਜ਼ 'ਚ ਲੰਮੀ ਨਜ਼ਰ ਨਾਲ ਕਹਾਣੀ ਸੁਣਾਉਂਦਾ ਉਹ ਕਹਿੰਦਾ ਕਿ ਇਸ ਪਹਿਰੇਦਾਰਨੀ ਦੇ ਡੰਗੇ ਡੋਕੇ ਤੇ ਕਤਲੇ ਨਾਲੋਂ ਮਿੱਠੀ ਹੋਰ ਕੋਈ ਸ਼ੈ ਨਹੀਂ ਇਸ ਧਰਤੀ 'ਚ ਕੋਈ ਕੁੜੱਤਣ ਹੈ ਹੀ ਨਹੀਂ ਇੱਥੋਂ ਦੇ ਪਾਣੀ ਸਦਾ ਅਮੀਰ ਤਾਕਤਵਰ ਤੇ ਤਾਜ਼ੇ ਹਨ ਇਹਦੇ ਖੂਹਾਂ ਇਹਦੇ ਖੂਹ ਤੇ ਨਹਿਰਾਂ ਪਾਣੀ ਸਿੰਧ ਤੋਂ ਲੈਂਦੇ ਹਨ ਜਿਹੜਾ ਕਿ ਅਨੰਤ ਤੱਕ ਵਰਕਤਾ ਨਾਲ ਭਰਿਆ ਦਰਿਆ ਹੈ ਜਿਹਦਾ ਪਾਣੀ ਕਦੇ ਵੀ ਖਾਰਾ ਨਹੀਂ ਹੋਏਗਾ ਇਸ ਫੈਰੇਦਾਰਨੀ ਨੂੰ ਸਿੰਧ ਦੇ ਮਿੱਠੇ ਪਾਣੀਆਂ ਸਿੰਧ ਦੀ ਸੁਨਹਿਰੀ ਧਰਤੀ ਤੇ ਉਸ ਪਿਆਰ ਨੇ ਜ਼ਿੰਦਾ ਰੱਖਿਆ ਹੋਇਆ ਜਿਹੜਾ ਸਾਡੇ ਦਿਲਾਂ 'ਚ ਇਸ ਲਈ ਹੈ ਅਸਲ 'ਚ ਪਿੰਡ 'ਚ ਹਰ ਇੱਕ ਇਹਦਾ ਚਾਹਵਾਨ ਸੀ ਜਦੋਂ ਰੁੱਤ ਆਉਂਦੀ ਤਾਂ ਇਹਦੇ ਫਲ ਦਾ ਕੁਝ ਨਾ ਕੁਝ ਹਿੱਸਾ ਪਿੰਡ ਦੇ ਹਰ ਘਰ 'ਚ ਤੋਹਫੇ ਵਜੋਂ ਜਾਂਦਾ ਕੁੰਬੇ ਦੀਆਂ ਔਰਤਾਂ ਦਾ ਵਿਸ਼ਵਾਸ ਸੀ ਕਿ ਜਿਹੜਾ ਵੀ ਪਹਿਰੇਦਾਰਨੀ ਦੀਆਂ ਖਜੂਰਾਂ ਖਾਂਦਾ ਉਹਨੂੰ ਜੰਨਤ ਦੀਆਂ ਅਸੀਸਾਂ ਮਿਲਦੀਆਂ ਹਨ ਕਿਉਂ ਜੇ ਦੁਆਵਾਂ ਲੱਦਿਆ ਰੱਖ ਹੈ ਇਸ ਤਰ੍ਹਾਂ ਦਿਨ ਬਦਨ ਤੇ ਸਾਲ ਦਰ ਸਾਲ ਅਸੀਂ ਆਪਣੇ ਤਾਈ ਕੋਲੋਂ ਕਹਾਣੀਆਂ ਸੁਣਦੇ ਰਹੇ ਜਿਨ੍ਹਾਂ ਰਾਈਓ ਪਹਿਰੇਦਾਰਨੀ ਦੀਆਂ ਲੰਮੀਆਂ ਕਹਾਣੀਆਂ ਸੁਣਾਉਂਦੀ ਜੋ ਵੀ ਇਹਦੇ ਕੋਲੋਂ ਲੰਘਦੇ ਉਹਨਾਂ ਨੂੰ ਝੁੱਕ ਕੇ ਸਲਾਮ ਕਰਦਾ ਉਹ ਐਦਾਂ ਜਾਪਦਾ ਜਿਦਾਂ ਪਹਿਰੇਦਾਰਨੀ ਵੀ ਝੁੱਕ ਕੇ ਸਲਾਮ ਕਰ ਰਹੀ ਹੋਵੇ ਵਕਤ ਗੁਜ਼ਰਨ ਨਾਲ ਹਵੇਲੀ 'ਚ ਰਹਿਣ ਵਾਲੇ ਪਰਿਵਾਰਾਂ ਦੀ ਗਿਣਤੀ ਵਧ ਗਈ। ਛੋਟੇ ਬੱਚੇ ਵੱਡੇ ਹੋ ਗਏ। ਥਾਂ ਥੋੜੀ ਜਾਪਣ ਲੱਗ ਪਈ ਜਿਸ ਕਰਕੇ ਕਈ ਕਿਸਮ ਦੇ ਤਣਾਅ ਵਧ ਗਏ। ਵੱਡਿਆਂ ਨੇ ਇਸ ਗੱਲੋਂ ਡਰਦੇ ਹੋਏ ਅੰਦਰੋਂ ਅੰਦਰ ਸੁਲਗਦਾ ਹੋਇਆ ਲਾਵਾ ਫਟ ਕੇ ਕੁੰਬੇ ਨੂੰ ਆਪਣੀ ਲਪੇਟ 'ਚ ਨਾ ਲੈ ਲਏ ਹਵੇਲੀ ਸਮੇਤ ਜੱਦੀ ਜਾਇਦਾਦ ਨੂੰ ਤਕਸੀਮ ਕਰਨ ਦਾ ਫੈਸਲਾ ਕਰ ਲਿਆ। ਹਵੇਲੀ ਵੰਡੀ ਗਈ ਇਸੇ ਤਰ੍ਹਾਂ ਰੁੱਖਾਂ ਦਾ ਝੁੰਡ ਵੰਡਿਆ ਗਿਆ। ਨਵੇਂ ਮਾਲਕ ਰੁੱਖਾਂ ਦੀ ਝਿੜੀ ਨੂੰ ਕੱਟ ਕੇ ਜ਼ਮੀਨ ਨੂੰ ਸਾਫ਼ ਕਰਨੀ ਚਾਹੁੰਦੇ ਸਨ ਤਾਂ ਜੋ ਉੱਥੇ ਮਕਾਨ ਬਣਾਏ ਜਾ ਸਕਣ। ਤਾਇਆ ਅਲੀ ਮੁਹੰਮਦ ਜੋ ਕਿ ਬਢੇਰੀ ਉਮਰ ਦਾ ਹੋ ਚੁੱਕਾ ਸੀ, ਕਮਜ਼ੋਰ ਵੀ ਹੋ ਚੁੱਕਾ ਸੀ। ਗੁੱਸੇ ਨਾਲ ਅੱਗ ਬਗੂਲਾ ਹੋ ਗਿਆ। ਦੁਰਫਿੱਟੇ ਮੂੰਹ ਇਹ ਪਾਗਲਪਣ ਹੈ, ਨਿਰੋਲ ਪਾਗਲਪਣ। ਤੁਸੀਂ ਸੋਚਦੇ ਹੋ ਤੁਸੀਂ ਕਿਲੇ ਖੜੇ ਕਰ ਲਓਗੇ। ਤੁਸੀਂ ਸਭ ਕੰਗਾਲ। ਤੁਸੀਂ ਅਜੇਆ ਕੱਟੇ ਹੋਏ ਰੁੱਖਾਂ ਦੀ ਰਹਿਦ ਖੂੰਦ ਵੇਚ ਕੇ ਕਰੋਗੇ। ਪਹਿਲਾਂ ਕੁਝ ਪੈਸੇ ਬਚਾਓ ਜੇ ਰੁੱਖਾਂ ਦੀ ਛਿੜੀ ਗਈ ਤਾਂ ਆਮਦਨ ਵੀ ਜਾਂਦੀ ਲੱਗੇਗੀ ਮੋਟੀ ਅਕਲ ਦੇ ਮਾਲਕੋ ਨਵੇਂ ਮਾਲਕਾਂ ਨੇ ਕੋਈ ਤਕਰਾਰ ਨਹੀਂ ਕੀਤੀ ਜਦੋਂ ਗਏ ਤਾਂ ਉਹਨਾਂ ਦੇ ਚਿਹਰੇ ਤਣੇ ਹੋਏ ਤੇ ਬੁੱਲ ਪਿੰਚੇ ਹੋਏ ਸਨ ਮੈਨੂੰ ਆਉਣ ਵਾਲੀ ਵਿਪਤਾ ਦਾ ਪੂਰਵ ਗਿਆਨ ਹੋ ਗਿਆ ਜਿਹੜੀ ਕੁਝ ਦਿਨਾਂ ਪਿਛੋਂ ਹਵੇਲੀ ਤੇ ਆਵੇ ਆ ਠੱਠੀ ਇੱਕ ਦਿਨ ਸਿਖਰ ਦੁਪਹਿਰ ਵੇਲੇ ਜਦੋਂ ਸਭ ਜੀਆ ਜੰਤ ਠੰਡੀ ਛਾਂ ਦੀ ਪਾਲ ਵਿੱਚ ਘਰਾਂ 'ਚ ਡੜੇ ਹੋਏ ਸਨ ਤਾਂ ਰੁੱਖ ਕੱਟਣ ਵਾਲੇ ਤਿੱਖੇ ਕੁਹਾੜੇ ਲੈ ਕੇ ਆ ਗਏ ਤਾਇਆ ali mohammad ਡਿੱਗਦੇ ਹੋਏ ਕੋਹਾੜਿਆਂ ਦੀ ਆਵਾਜ਼ ਸੁਣ ਕੇ ਭੱਜ ਕੇ ਝਿੜੀ ਚ ਗਿਆ ਗੁੱਸੇ ਨਾਲ ਉਹਦੀਆਂ ਛੋਟੀਆਂ-ਛੋਟੀਆਂ ਅੱਖਾਂ ਲਾਲ-ਪੀਲੀਆਂ ਹੋਈਆਂ ਪਈਆਂ ਸੀ ਉਹਦੀਆਂ ਅੱਖਾਂ ਦੀ ਐਨਕ ਦਾ ਸਟੀਲ ਦਾ ਹਿੱਸਾ ਧੁੱਪ ਨਾਲ ਚਮਕ ਰਿਹਾ ਸੀ ਪਹਿਰੇਦਾਰਨੀ ਦੇ ਕੋਲ ਬੈਠ ਕੇ ਉਹਨੇ ਉਹਨਾਂ ਨੂੰ ਵੰਗਾ ਰਿਆ ਕਿ ਉਹਦੇ ਉਹਦੀ ਜਾਨ ਤੋਂ ਪਿਆਰੇ ਰੁੱਖ ਨੂੰ ਹੱਥ ਲਾ ਕੇ ਦਿਖਾਓ ਉਸੇ ਵੇਲੇ ਤਾਇਆ ਗੁਲ ਮੁਹੰਮਦ ਨਬੀ ਬਖਸ਼ ਤੇ ਮੇਰੇ ਚਚੇਰੇ ਭਰਾਵਾਂ ਨਬੀ ਬਖਸ਼ ਦੇ ਪੁੱਤਰਾਂ ਨਵਾਜ਼ ali ਤੇ ਗੁਲਾਮ ali ਨਾਲ ਮੌਕੇ ਤੇ ਆ ਗਏ ਉਹਨਾਂ ਨੇ ਤਾਈ ਤੇ ਜ਼ੋਰ ਪਾਇਆ ਕਿ ਉਹ ਹਵੇਲੀ ਚ ਵਾਪਸ ਆ ਜਾਏ। ਉਹਨੂੰ ਯਕੀਨ ਦਿਵਾਇਆ ਕਿ ਜਦੋਂ ਸਾਰੀ ਝੜੀ ਕੱਟੀ ਜਾਏਗੀ ਤੇ ਪਹਿਰੇਦਾਰਨੀ ਨੂੰ ਕੋਈ ਹੱਥ ਵੀ ਨਹੀਂ ਲਾਏਗਾ। ਮੇਰੀ ਸਭ ਤੋਂ ਵੱਡੀ ਤਾਈ ਆਪਣੇ ਬੁੱਢੇ ਝੁਰੜੀਆਂ ਪਏ ਚਿਹਰੇ ਤੇ ਹੰਝੂ ਵਹਾਉਂਦੀ ਹੋਈ ਆਈ, ਰੋਂਦੀ ਬੋਲੀ, "ਇਹ ਕਨਾਉਣੀ ਸ਼ਰਮਸਾਰੀ ਦੀ ਹਾਲਤ ਏ। ਪਹਿਰੇਦਾਰਨੀ ਹਮੇਸ਼ਾ ਸਾਡੇ ਨਾਲ ਰਹੀ ਏ। ਅਸੀਂ ਉਹਦੀ ਛਾਂ ਥੱਲੇ ਪਲੇ।" ਜਦੋਂ ਕੁਝ ਵੀ ਖਾਣ ਲਈ ਨਹੀਂ ਹੁੰਦਾ ਸੀ ਉਦੋਂ ਇਹਦਾ ਫਲ ਖਾਂਦੇ ਰਹੇ ਹਾਂ ਤੁਸੀਂ ਉਸ ਰੁੱਖ ਨੂੰ ਕੱਟਣਾ ਚਾਹੁੰਦੇ ਹੋ ਜਿਹੜਾ ਔਖੇ ਸਮਿਆਂ 'ਚ ਸਾਡਾ ਇੱਕੋ ਇੱਕ ਸਹਾਰਾ ਰਿਹਾ ਹਿਰਦੇ ਤੋਂ ਕੰਮ ਲਾਓ ਇਹ ਦਿਮਾਗ ਤੋਂ ਕੰਮ ਲਾਓ ਤਾਈ ਜਨਮ ਨੇ ਜੋ ਉਹਨੂੰ ਸਹਾਰਾ ਦੇ ਕੇ ਝਿੜੀ ਤੱਕ ਲੈ ਆਈ ਸੀ ਆਪਣੀ ਤਸਵੀਰ ਦਿਲ ਨਾਲ ਲਾ ਕੇ ਕਿਹਾ ਉਸ ਗੁਨਾਹਾਂ ਦੀ ਮਾਫੀ ਦੇ ਫਰਿਸ਼ਤੇ ਦਾ ਵਾਸਤਾ ਹੀ ਹਵੇਲੀ ਤਦੇ ਰਹੇਗੀ ਜੇ ਪਹਿਰੇਦਾਰ ਨਹੀਂ ਰਹੇਗੀ ਹਵੇਲੀ 'ਚ ਡੂੰਘੀ ਉਦਾਸੀ ਛਾਈ ਸੀ ਪੈਰੇਦਾਰਨੀ ਨੂੰ ਦਰਪੇਸ਼ ਖਤਰਾ ਹਵਾ ਚ ਬੱਦਲਾ ਵਾਂਗ ਮੰਡਲਾ ਰਿਹਾ ਸੀ ਮੈਨੂੰ ਐਦਾਂ ਲੱਗਾ ਜਿਦਾਂ ਕਿਸੇ ਜਿਉਂਦੇ ਜੀ ਨੂੰ ਕਤਲ ਕੀਤਾ ਜਾ ਰਿਹਾ ਹੋਵੇ ਕਿਸੇ ਨਜ਼ਦੀਕੀ ਸਬੰਧੀ ਦੀ ਮਾਰਕੁੱਟ ਕੀਤੀ ਜਾ ਰਹੀ ਹੋਵੇ ਬਾਅਦ ਦੁਪਹਿਰ ਸੁਖਸਾਂਦ ਨਾਲ ਲੰਘ ਗਈ ਤਾਇਆਲੀ ਮੁਹੰਮਦ ਕਮਜ਼ੋਰੀ ਕਾਰਨ ਥੱਕਿਆ ਪਿਆ ਸੀ ਉਹਨੇ ਮਰੀਲ ਜੀ ਆਵਾਜ਼ ਚ ਕਿਹਾ ਮੈਂ ਤੁਹਾਡੇ ਨਾਲ ਸ਼ਾਮ ਦੀ ਸੈਰ ਲਈ ਨਹੀਂ ਜਾ ਸਕਦਾ ਤੁਸੀਂ ਇਕੱਲੇ ਚਲੇ ਜਾਓ ਸੂਰਜ ਤਕਰੀਬਨ ਅਸਤ ਹੋ ਚੁੱਕਾ ਸੀ ਮੈਂ ਵਾਰਾਂਡੇ 'ਚ ਨਿਕਲ ਕੇ ਵਿਹੜੇ 'ਚ ਆ ਗਿਆ ਜਦੋਂ ਮੈਂ ਪੱਛਮ ਵਾਲੀ ਦੀਵਾਰ ਵੱਲ ਦੇਖਿਆ ਤਾਂ ਮੇਰਾ ਦਿਲ ਇੱਕ ਪਲ ਲਈ ਰੁਕ ਗਿਆ ਐਦਾਂ ਲੱਗਦਾ ਸੀ ਕੰਧ ਨਾਲੋਂ ਕੋਈ ਚੀਜ਼ ਗਵਾਚ ਗਈ ਕੰਧ ਨੰਗੀ ਹੋ ਗਈ ਜਿਹੜੀ ਜਿਹੜਾ ਤਾਜ ਇਹਦੀ ਉੱਪਰੋਂ ਨਿਗਰਾਨੀ ਕਰਦਾ ਸੀ ਉਹ ਗਾਇਬ ਹੋ ਚੁੱਕਾ ਸੀ ਪਹਿਰੇਦਾਰ ਨਹੀਂ ਖਤਮ ਹੋ ਚੁੱਕੇ ਸੀ ਸਿੱਧਾ ਸਰੂ ਰੁਖ ਡਿੱਗ ਚੁੱਕਾ ਸੀ ਮੇਰੇ othor ਅੰਦਰ ਕੁਝ ਟੁੱਟ ਗਿਆ ਤੇ ਮੈਂ ਉਦਾਸੀ 'ਚ ਚੀਕ ਮਾਰੀ ਤਾਇਆ ਪਹਿਰੇਦਾਰ ਨਹੀਂ ਮੈਂ ਹੈਰਾਨ ਹੋ ਕੇ ਕਿਆ ਚੀਕ ਦਵਾਰਾਂ ਪਾੜ ਕੇ ਕਮਰੇ ਚ ਚਲੀ ਗਈ ਜਿੱਥੇ ਉਹ ਆਰਾਮ ਕਰ ਰਿਹਾ ਸੀ ਉਹ ਭੱਜ ਕੇ ਕਮਰੇ ਚੋਂ ਨੰਗੇ ਸਿਰ ਨੰਗੇ ਪੈਰੀ ਬਾਹਰ ਆਇਆ ਜਿਉਂ ਹੀ ਉਹ ਵੱਡੀ ਕੰਧ ਵੱਲ ਵਧਿਆ ਉਹਨੇ ਉਹਦੀ ਨੰਗੀ ਹੋਈ ਸਿਖਰ ਦੇਖੀ ਇਹ ਭਿਆਨਕ ਦ੍ਰਿਸ਼ ਵੇਖ ਕੇ ਉਹ ਖੜਾ ਖਲੋਤਾ ਰਹਿ ਗਿਆ ਉਹ ਅਚਾਨਕ ਸਾਹ ਸੱਤਹੀਨ ਹੋ ਗਿਆ ਜਿਉਂ ਹੀ ਉਹ ਗੋਡਿਆਂ ਭਾਰ ਚੁਕਿਆ ਉਹਨੇ ਸ਼ਾ ਲਤੀਫ ਦੀ ਕਵਿਤਾ ਗੁੰਗੁਣਾਈ ਮੈਂ ਅੱਜ ਉਹਨਾਂ ਦੀ ਆਵਾਜ਼ ਤੋਂ ਵਾਂਝਾ ਹਾਂ ਜਿਹੜੇ ਰੱਬ ਦੀ ਤਮੰਨਾ ਕਰਦੇ ਨੇ ਅੱਜ ਵੇੜਾ ਸੁਨਿਆਈ ਖਾਲੀ ਥਾਵਾਂ ਦਾ ਨਜ਼ਾਰਾ ਮੈਨੂੰ ਕੌਂਦਾ ਏ ਇੰਨਾ ਜ਼ਾਲਮ ਏ ਜਿਨੇ ਰੂਹ ਨੂੰ ਜ਼ਿੰਦਗੀ ਤੇ ਅਸੀਸ ਦਿੱਤੀ ਉੱਪਰ ਉਪਕਾਰੀ ਚਲੇ ਗਏ ਉਹ ਮੁੜ ਕੇ ਖੜਾ ਨਾ ਹੋ ਸਕਿਆ ਕੁਝ ਦਿਨਾਂ ਚੋਂ ਫਾਨੀ ਦੁਨੀਆ ਤੋਂ ਰੁਖਸਤ ਹੋ ਗਿਆ ਜਿਸ ਦਿਨ ਪਹਿਰੇਦਾਰ ਨਹੀਂ ਡਿੱਗੀ ਹਵੇਲੀ ਚ ਕਈ ਕਰਾਂ ਚ ਚੁੱਲਾ ਨਹੀਂ ਬਲਿਆ ਕਈ ਭੁੱਖਣ ਭਾਣੇ ਸੌਂ ਗਏ ਬੱਕਰੀਆਂ ਸਾਰੀ ਰਾਤ ਮਿਆਂਕਦੀਆਂ ਰਹੀਆਂ ਦਿਨ ਚੜ੍ਹਦੇ ਨੂੰ ਉਹਨਾਂ ਚ ਕਈ ਪਹਿਰੇਦਾਰ ਨਹੀਂ ਵਾਂਗ ਜੋ ਪੰਜਾਬ ਤੇ ਬੇਹਰਕਤ ਧਰਤੀ ਤੇ ਮੁੱਧੀਆਂ ਪਈਆਂ ਸਨ ਨਵਾਜ਼ ਅਲੀ ਹੋਰੀ ਜੇ ਨਾ ਖੁਸ਼ ਨਹੀਂ ਸਨ ਤਾਂ ਖੁਸ਼ ਵੀ ਨਹੀਂ ਸਨ ਭਾਵੇਂ ਉਹਨਾਂ ਦਾ ਬਤੀਰਾ ਕਮੀਨਾ ਸੀ ਪਰ ਕੋਈ ਵੀ ਉਹਨਾਂ ਦੀ ਇਸ ਕਾਰਨ ਨਿੰਦਾ ਨਹੀਂ ਸੀ ਕਰ ਰਿਹਾ ਕਿਉਂਕਿ ਜੋ ਇਹ ਉਹਨਾਂ ਦੀ ਜਾਇਦਾਦ ਸੀ ਉਹ ਦੇ ਮਾਲਕ ਸਨ ਉਹਨਾਂ ਦੀ ਕਾਰਵਾਈ ਨਾਲ ਹਵੇਲੀ 'ਚ ਤਰੇੜ ਪੈ ਗਈ ਪਿਆਰ ਮੁਹੱਬਤ ਵੇੜੇ ਦੇ ਇਕੱਠ ਖੁਸ਼ੀਆਂ ਭਰੀਆਂ ਗੱਲਾਂ ਲੈਣਾ ਦੇਣਾ ਇਕੱਠੇ ਬੈਠ ਕੇ ਖਾਣਾ ਖਾਣਾ ਸਭ ਇੱਕ ਝਟਕੇ ਨਾਲ ਖਤਮ ਹੋ ਗਿਆ ਜਿੱਦਾਂ ਪਹਿਰੇਦਾਰ ਨਹੀਂ ਤੇ ਤਾਇਆ ਮੁੱਕ ਗਏ ਜ਼ਖਮ ਅਜੇ ਤਾਜ਼ੀ ਸਨ ਜਦੋਂ ਇੱਕ ਰਾਤ ਲੁਟੇਰੇ ਆ ਗਏ ਅਸੀਂ ਜਵਾਨ ਮੁੰਡੇ ਆਦਮੀਆਂ ਵਾਲੇ ਕਮਰਿਆਂ 'ਚ ਸੌ ਰਹੇ ਸਾਂ ਜਿਸ ਰਾਤ ਚੋਰ ਆਏ ਅਸੀਂ ਅਜੇ ਜਾਗਦੇ ਸਾਂ ਗੱਲਾਂ-ਬਾਤਾਂ ਕਰ ਰਹੇ ਸਾਂ ਅਸੀਂ ਹਵੇਲੀ ਵਾਲੇ ਪਾਸਿਓਂ ਚੀਕਾਂ ਦੀ ਆਵਾਜ਼ ਸੁਣੀ ਅਸੀਂ ਉੱਠੇ ਸਿੱਧੇ 메ਨ ਗੇਟ ਵੱਲ ਤੋੜੇ ਮੈਂ ਤੇ ਸ਼ੇਰਲ ਘਰ ਦੇ ਪਿਛਵਾੜੇ ਵੱਲ ਵਧੇ ਜਿੱਥੇ ਇੱਕ ਨੀਵਾ ਕਮਰਾ ਸੀ ਜਿਉਂ ਹੀ ਅਸੀਂ ਘੇਰਾ ਪਾਇਆ ਤਾਂ ਸਾਨੂੰ ਕੁਝ ਪਰਛਾਵੇਂ ਹਨੇਰੇ 'ਚ ਗੁਆਚਦੇ ਦਿੱਸੇ ਇਹ ਪਹਿਲੀ ਵਾਰ ਸੀ ਕਿ ਚੋਰਾਂ ਨੇ ਹਵੇਲੀ ਤੇ ਤਾਵਾ ਬੋਲਿਆ ਸੀ ਪਰ ਲੋਕਾਂ ਨੂੰ ਦੇਖ ਕੇ ਉਹ ਭੱਜ ਗਏ ਮਕਾਨ ਤੇ ਚੋਰਾਂ ਦਾ ਆਉਣਾ ਬੇਇੱਜ਼ਤੀ ਵਾਲੀ ਗੱਲ ਸੀ ਇਹ ਕੁੰਬੇ ਲਈ ਸ਼ਰਮਸਾਰੀ ਦੀ ਗੱਲ ਸੀ ਕਿਉਂ ਜੋ ਇਹਦੇ ਨਾਲ ਹਵੇਲੀ ਦੀ ਸੁਰੱਖਿਆ ਚੂਰਚੂਰ ਹੋ ਗਈ ਇਸ ਹੱਦ ਤੱਕ ਨਾਲ ਇਦਾਂ ਲੱਗਾ ਜਿਦਾਂ ਸਾਡੇ ਗਲਾਂ 'ਚ ਭਾਰੀ ਬੋਝ ਲਮਕਾ ਦਿੱਤਾ ਗਿਆ ਹੋਵੇ ਜਦੋਂ ਮੈਥੋਂ ਇਹ ਸਹਿਣ ਕਰਨ ਜੋਗਾ ਨਾ ਰਿਹਾ ਮੈਂ ਉੱਥੇ ਗਿਆ ਜਿੱਥੇ ਪਹਿਰੇਦਾਰਨੀ ਅਣਗੌਲੀ ਪਈ ਸੀ ਮੁੱਢੀ ਤੇ ਟਣੇਵਲ ਦੇਖ ਕੇ ਮੈਨੂੰ ਤਰਵਾਸ ਮਿਲਿਆ ਮੇਰੇ ਇੱਕ ਦੋ ਚਚੇਰੇ ਭਰਾ ਮੇਰੇ ਨਾਲ ਸਨ ਅਸੀਂ ਹੈਰਾਨ ਹੋ ਰਹੇ ਸਾਂ ਕਿ ਇਹ ਰੁੱਖ ਸਾਡੀ ਪਹਿਰੇਦਾਰਨੀ ਸੀ ਹੁਣ ਉਹ ਚਲੀ ਗਈ ਤਾਂ ਸਾਡਾ ਮਾਨ ਸਨਮਾਨ ਤੇ ਸੁਰੱਖਿਆ ਵੀ ਜਾ ਰਹੀ ਹੈ ਕੀ ਪਹਿਰੇਦਾਰਨੀ ਵਾਕਿਆ ਹੀ ਸਾਡੇ ਜੀਵਨ ਦਾ ਆਧਾਰ ਸੀ ਜਿਉਂ-ਜਿਉਂ ਹਫ਼ਤੇ ਲੰਘਦੇ ਗਏ ਮੈਂ ਤੇ ਮੇਰੇ ਚਚੇਰੇ ਭਰਾ ਸ਼ਾਮ ਨੂੰ ਜ਼ਿਆਦਾ ਤੋਂ ਜ਼ਿਆਦਾ ਦੇਰ ਪਹਿਰੇਦਾਰਨੀ ਕੋਲ ਸਮਾਂ ਬਿਤਾਉਣ ਲੱਗ ਪਏ ਇਹ ਸਾਡਾ ਨਿਤਕਰਮ ਬਣ ਗਿਆ ਹਰ ਸ਼ਾਮ ਸਾਡੇ ਕੁੰਬੇ ਦੇ ਸਾਰੇ ਨੌਜਵਾਨ ਮੁੰਡੇ ਆ ਜਾਂਦੇ ਇੱਥੋਂ ਤੱਕ ਕਿ ਸਭ ਤੋਂ ਛੋਟੇ ਨਵਾਜ਼ ਅਲੀ ਦੇ ਮੁੰਡੇ ਵੀ ਕੋਈ ਮੁੱਢੀ ਤੇ ਬੈਠ ਜਾਂਦਾ ਕੋਈ ਤਣੇ ਤੇ ਸੂਰਜ ਡੁੱਬਣ ਤੱਕ ਗੱਲਾਂ ਕਰਦੇ ਰਹਿੰਦੇ ਮੈਨੂੰ ਚੇਤੇ ਨਹੀਂ ਕਿ ਅਜੇ ਅੱਖਾਂ ਕਿੰਜ ਵਾਪਰਿਆ ਪਰ ਅਚਾਨਕ ਅਸੀਂ ਪਰਿਵਾਰ ਚ ਪਈਆਂ ਤਰੇੜਾਂ ਬਾਰੇ ਗੱਲਾਂ ਕਰਨ ਲੱਗ ਪਏ ਅਸੀਂ ਉਹਨਾਂ ਦਰਾੜਾਂ ਨੂੰ ਬੰਦ ਕਰਨ ਤੇ ਉਹ ਦਿਨ ਵਾਪਸ ਲਿਆਉਣ ਬਾਰੇ ਵਿਚਾਰਾਂ ਕਰਨ ਲੱਗੇ ਤਦੋ ਸਾਡਾ ਕੁੰਬਾ ਕਈ ਪਰਿਵਾਰਾਂ ਵੱਜੋਂ ਨਹੀਂ ਸਗੋਂ ਇੱਕ ਹੀ ਪਰਿਵਾਰ ਵੱਜੋਂ ਜਾਣਿਆ ਜਾਂਦਾ ਸੀ ਅਸੀਂ ਅਤੀਤ ਨੂੰ ਭੁਲਾ ਦੇਣਾ ਚਾਹੁੰਦੇ ਸੀ ਪਰ ਮੇਰੇ ਮਾਤਾ ਪਿਤਾ ਤੇ ਤਾਈ ਚਾਚੇ ਤੇ ਤਾਈਆਂ ਚਾਚੀਆਂ ਜਿਹੜਾ ਕਰਨ ਨੂੰ ਤਿਆਰ ਨਹੀਂ ਸਨ ਪਹਿਰੇਦਾਰਨੀ ਨੂੰ ਕੱਟਣਾ ਤੇ ਤਾਇਆ ali mohammad ਦੀ ਮੌਤ ਅਜਿਹੇ ਹਾਦਸੇ ਸਨ ਜਿਨ੍ਹਾਂ ਨੂੰ ਸੌਖਿਆਂ ਭੁਲਾਇਆ ਨਹੀਂ ਸੀ ਜਾ ਸਕਦਾ ਇਹ ਬਹੁਤ ਵੱਡੇ ਸਦਮੇ ਸਨ ਕੋਈ ਵੱਡਾ ਸਦਮਾ ਹੀ ਇਹਨਾਂ ਸਦਮਿਆਂ ਨੂੰ ਮਿਟਾ ਸਕਦਾ ਸੀ ਇੱਕ ਦਿਨ ਦੇਰ ਰਾਤ ਗਈ ਇਹ ਸਦਮਾ ਆ ਗਿਆ। ਠੰਡੀ ਤੇ ਹਨੇਰੀ ਰਾਤ ਸੀ। ਅਸਮਾਨ 'ਚ ਤਾਰੇ ਚਮਕ ਰਹੇ ਸਨ। ਮੈਂ ਘੂਕ, ਨੀਂਦ ਸੁੱਤਾ ਸਾਂ ਕਿ ਕੁਝ ਅਜੀਬ ਕਿਸਮ ਦੀ ਗੜਗੜਾ ਹਟਵਾਲੀਆ ਆਵਾਜ਼ਾਂ ਨੇ ਰਾਤ ਦੀ ਚੁੱਪ ਨੂੰ ਤੋੜਿਆ। ਮੈਂ ਉੱਠ ਕੇ ਆਪਣੇ ਬਿਸਤਰੇ 'ਚ ਬੈਠ ਗਿਆ। ਸ਼ੇਰਲ, ਨਸੀਰ, ਨਾਜ਼ਮ ਤੇ ਗੁਲਾਨ ਵੀ ਜਾਗ ਪਏ। ਉਸ ਸਮੇਂ ਅਸੀਂ ਰਈਸ ਸ਼ਾਹ ਨਵਾਜ਼ ਦੇ ਸ਼ਾਨਦਾਰ ਬੰਗਲੇ 'ਚੋਂ ਆਉਣ ਵਾਲੀਆਂ ਗੋਲੀਆਂ ਦੀ ਆਵਾਜ਼ ਸੁਣੀ। ਉਹਨਾਂ ਤੇ ਡਾਕੂਆਂ ਨੇ ਧਾਵਾ ਬੋਲ ਦਿੱਤਾ ਸੀ। ਉਹਨਾਂ ਨੂੰ ਡਰਾ ਕੇ ਖੱਦੇੜਨ ਲਈ ਗੋਲੀਆਂ ਚਲਾ ਰਹੇ ਸਨ ਅਸੀਂ ਆਪਣੇ ਬਿਸਤਰਿਆਂ ਚੋਂ ਨਿਕਲ ਕੇ ਭੱਜ ਕੇ ਗਲੀ 'ਚ ਗਏ ਜਿਹੜੀ ਸਿੱਧੀ ਰਾਇਸ ਦੇ ਬੰਗਲੇ ਵੱਲ ਜਾਂਦੀ ਸੀ ਅਸੀਂ ਅਜੇ ਕੁਝ ਕਦਮ ਹੀ ਗਏ ਸੀ ਕਿ ਅਸੀਂ ਕਿਸੇ ਦੇ ਭੱਜੇ ਜਾਂਦੇ ਦੇ ਪੈਰਾਂ ਦਾ ਖੜਾਕ ਸੁਣਿਆ ਕਾਲੇ ਪਰਛਾਵੇਂ ਸਾਡੀ ਹਵੇਲੀ ਦੇ ਮੁੱਖ ਦਵਾਰ ਵੱਲ ਭੱਜੇ ਗਏ ਸਾਨੂੰ ਵਾਪਸ ਮੋੜਨਾ ਪਿਆ ਕਿਉਂਕਿ ਡਾਕੂਆਂ ਦੀ ਪਹਿਲੀ ਕੋਸ਼ਿਸ਼ ਨਾ ਕਾਮਯਾਬ ਹੋਣ ਜਾਣ ਤੇ ਉਹ ਪਿੰਡ ਦੇ ਕਿਸੇ ਹੋਰ ਪ੍ਰਸਿੱਧ ਘਰ ਤੇ ਧਾਵਾ ਬੋਲਣਾ ਚਾਹੁੰਦੇ ਸਨ ਜਦੋਂ ਅਸੀਂ ਭੁੱਲੀ ਵਿਸਰੀ ਪਹਿਰੇਦਾਰਨੀ ਕੋਲ ਗੰਦੇ ਜਿਹੇ ਰਸਤੇ ਕੋਲ ਪੁੱਜੇ ਤਾਂ ڈاکੂ ਪਹਿਲਾਂ ਹੀ ਗੇਟ ਤੇ ਪੁੱਜ ਚੁੱਕੇ ਸਨ ਤੇ ਇਹਨੂੰ ਖੋਲਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੂੰ ਸ਼ਾਇਦ ਪਤਾ ਸੀ ਕਿ ਘਰ ਦੇ ਅੰਦਰ ਰਹਿਣ ਵਾਲਿਆਂ ਕੋਲ ਕੋਈ ਹਥਿਆਰ ਨਹੀਂ ਸਾ। ਪਰ ਉਹਨਾਂ ਨੂੰ ਇਹ ਨਹੀਂ ਪਤਾ ਹਵੇਲੀ ਦੇ ਨੌਜਵਾਨਾਂ ਨੇ ਉਹਨਾਂ ਦਾ ਵਾਪਸ ਭੱਜਣ ਦਾ ਰਸਤਾ ਰੋਕਿਆ ਹੋਇਆ ਹੈ। ਜਿਉਂ ਹੀ ਅਸੀਂ ਟਲਾਂਨ ਤੇ ਪੁੱਜੇ ਪਿੰਡ ਦੇ ਹੋਰ ਲੋਕ ਇਕੱਠੇ ਹੋ ਗਏ ਜਿਨ੍ਹਾਂ ਕੋਲ ਦਫੂਆਂ ਦੇ ਵੱਡੇ ਵੱਡੇ ਡੰਡੇ ਸਨ। ਡਾਕੂਆਂ ਨੂੰ ਘੇਰਾ ਪੈਣ ਤੇ ਮੇਰਾ ਹੌਸਲਾ ਬਲੰਦ ਹੋ ਗਿਆ ਮੈਂ ਉਹਨਾਂ ਨੂੰ ਲਲਕਾਰਾ ਮਾਰਿਆ ਸਾਲੇ ਬਦਮਾਸ਼ੋ ਤੁਸੀਂ ਲੁੱਟਣ ਆਏ ਉਹ ਹਨੇਰੇ ਵੱਲ ਦੇਖਦੇ ਰਹੇ ਕੁਝ ਵੀ ਹੱਥ ਨਾਲ ਲੱਗਣ ਤੇ ਉਹ ਗੇਟ ਕੋਲ ਝੁੱਕ ਗਏ ਸ਼ੇਰਲ ਭੱਜਿਆ ਭੱਜਿਆ ਹਫਿਆ ਆਇਆ ਉਹਦੇ ਹੱਥ 'ਚ ਬੰਦੂਕ ਸੀ ਉਹ ਰੀਸ ਤੇ ਘਰਦਿਆਂ ਨੂੰ ਦੱਸਣ ਗਿਆ ਕਿ ਡਾਕੂਆਂ ਨੇ ਹਵੇਲੀ ਤੇ ਤਾਵਾ ਬੋਲ ਦਿੱਤਾ ਤੇ ਉਹ ਬੰਦੂਕ ਉਧਾਰੀ ਲੈ ਆਇਆ ਮੈਂ ਉਹਦੇ ਹੱਥੋਂ ਬੰਦੂਕ ਲੈ ਲਈ ਡਾਕੂਆਂ ਵੱਲ ਗੋਲੀ ਚਲਾਤੀ ਉਹਨਾਂ ਨੇ ਜਵਾਬੀ ਫਾਇਰ ਕੀਤਾ ਸ਼ੇਰਲ ਹੱਥ 'ਚ ਕੁਹਾੜਾ ਲੈ ਕੇ ਜਿਹੜਾ ਉਹ ਪਿੰਡ ਦੇ ਇੱਕ ਆਦਮੀ ਤੋਂ ਲਿਆਇਆ ਸੀ ਪਹਿਰੇਦਾਰਨੀ ਦੇ ਤਣੇ ਤੇ ਚੜਨ ਲੱਗਾ ਮੈਂ ਉਹਨੂੰ ਰੋਕਣਾ ਚਾਹੁੰਦਾ ਸੀ ਪਰ ਮੈਨੂੰ ਫਾਇਰ ਕਰਨੋਂ ਵੱਲ ਧਿਆਨ ਦੇਣਾ ਪਿਆ ਪਹਿਰੇਦਾਰਨੀ ਤੇ ਵੱਜਣ ਵਾਲੀ ਹਰ ਚੀਜ਼ ਮੈਨੂੰ ਐਦਾਂ ਜਾਪਦੀ ਸੀ ਜਿਦਾਂ ਮੇਰੇ ਦਿਲ ਤੇ ਵੱਜ ਰਹੀ ਹੋਵੇ ਗੁਲਾਮ ਨਸੀਰ ਤੇ ਪਿੰਡ ਦੇ ਕੁਝ ਹੋਰ ਨੌਜਵਾਨ ਮੁੰਡੇ ਜਿਹੜੇ ਕਿ ਟਲਾਂ ਦੇ ਪਿੱਛੇ ਛੁਪੇ ਸਨ ਹੀਠਾਂ ਆ ਗਏ ਰੁੱਖਾਂ ਦੇ ਛੋਟੇ ਛੋਟੇ ਟੋਟੇ ਚੁੱਕ ਕੇ ਡਾਕੂਆਂ ਦੇ ਵਗਾ ਵਗਾ ਕੇ ਮਾਰਨ ਲੱਗ ਪਏ ਇੱਕ ਨੌਜਵਾਨ ਉਹਨਾਂ ਲੱਕੜਾਂ ਨੂੰ ਅੱਗ ਲਗਾ ਲਗਾ ਕੇ ਸੁੱਟ ਰਿਹਾ ਸੀ ਅਚਾਨਕ ਹਵੇਲੀ ਦੀ ਕੰਧਾਂ ਉੱਤੋਂ ਡਾਕੂਆਂ ਦੇ ਪੁਰਾਣੇ ਪੀਪਿਆਂ ਖਾਲੀ ਡੱਬਿਆਂ ਭਾਂਡਿਆਂ ਤੇ ਇੱਟਾਂ-ਵਟਿਆਂ ਦੀ ਵਰਖਾ ਸ਼ੁਰੂ ਹੋ ਗਈ ਸ਼ੇਰਲ ਨੇ ਸੁੱਕੇ ਪੱਤੇ ਤੇ ਸੁੱਕੀਆਂ ਲਾਠੀਆਂ ਇਕੱਠੀਆਂ ਕੀਤੀਆਂ ਸਭ ਨੇ ਪਹਿਰੇਦਾਰਨੀ ਦੇ ਤਣੇ ਤੇ ਰੱਖ ਕੇ ਅੱਗ ਲਾਤੀ ਹੁਣ ਦਿਨ ਵਰਗਾ ਚਾਨਣ ਹੋ ਗਿਆ ਇਸੇ ਦੌਰਾਨ ਰੈਜ਼ ਦੇ ਆਦਮੀਆਂ ਨੇ ਭੱਜਣ ਦੇ ਸਾਰੇ ਰਸਤੇ ਰੋਕ ਲਏ ਬੰਦੂਕਾਂ 'ਚੋਂ ਫਾਇਰ ਸ਼ੁਰੂ ਕਰ ਦਿੱਤੇ ڈاکੂ ਬਚ ਕੇ ਭੱਜ ਨਾ ਸਕੇ ਹੁਣ ਨਸੀਰ ਦੀ ਅਗਵਾਈ 'ਚ ਕੁਝ ਨੌਜਵਾਨ ਢਲਾਨ ਵੱਲ ਗਏ ਮੈਂ ਨਸੀਰ ਨੂੰ ਡਿੱਗਦੇ ਦੇਖਿਆ ਜਦੋਂ ਮੈਂ ਉਹਦੇ ਨੇੜੇ ਗਿਆ ਤਾਂ ਪਿਗਲਿਆ ਹੋਇਆ ਸਿੱਕਾ ਮੇਰੀ ਲੱਤ 'ਚੋਂ ਲੰਘ ਗਿਆ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਨਵਾਜ਼ ਅਲੀ ਦੀ ਗੋਦ ਵਿੱਚ ਸੀ ਇੱਕ ਡਾਕੂ ਮਰ ਚੁੱਕਾ ਸੀ ਬਾਕੀ ਜ਼ਖਮੀ ਹੋ ਗਏ ਸਨ ਉਹਨਾਂ ਸਾਰਿਆਂ ਨੂੰ ਕਾਬੂ ਕਰਕੇ ਰੱਸਿਆਂ ਨਾਲ ਬੰਨ ਲਿਆ ਗਿਆ ਸੀ ਮੈਂ ਪਹਿਰੇਦਾਰਨੀ ਦੇ ਟਣੇ ਵੱਲ ਵੇਖਿਆ ਉਹ ਹੁਣ ਜਲ ਕੇ ਰਾਖ ਹੋ ਚੁੱਕਾ ਸੀ ਉਹਦੀ ਮੁੱਢੀ ਚੜਦੇ ਸੂਰਜ ਦੀ ਲਾਲੀ 'ਚ ਪੀਲੇ ਰੰਗ ਦੀ ਰੌਸ਼ਨੀ ਛੱਡ ਰਹੀ ਸੀ ਅਸੀਂ ਹੁਣ ਉਸੇ ਥਾਂ ਤੇ ਜਿੱਥੇ ਪਹਿਲਾਂ ਰੁੱਖ ਹੁੰਦਾ ਸੀ ਇੱਕ ਨਵਾਂ ਖਜੂਰ ਦਾ ਰੁੱਖ ਲਾ ਦਿੱਤਾ ਹੈ ਇਹਦਾ ਨਾਂ ਪਹਿਰੇਦਾਰ ਨਹੀਂ ਰੱਖਿਆ ਧੰਨਵਾਦ